ਹਾਂਜੀ ਬਾਈ ਜੀ ਆਹ ਦੇਖੋ ਇੱਧਰ ਆਪਣਾ ਜਾਣਾ ਪਿਆ ਫਾਰਮ ਦਾ ਜਾਣੀ ਇੱਥੋਂ ਮਿਕਸ ਕਰਾ ਕੇ ਕੱਖਾਂ 'ਚ ਰਲਾਉਂਦੇ ਨੇ ਮਿਕਸ ਕਰ ਕੁਰ ਕੇ ਆਹ ਦੇਖੋ ਸਫਰ ਦਾਣਾ ਆਹ ਮੱਕੀ ਦਾ ਬੁਰਾ ਬਾਰਾ ਗਾਹ ਪਿਆ ਪਰ ਗਾਹ ਬਚਾ ਪਿਆ ਢੇਰ ਲੱਗੇ ਪਏ ਨੇ ਆਹ ਜੇ ਸੀ ਬੀ ਲਗਾਈ ਜਾਂਦੀ ਹੈ ਇੱਥੇ ਰਲਾ ਕੇ ਆਹ ਟਰਾਲੀ ਖੜੀ ਹੈ ਜਿਹਦੇ ਨਾਲ ਕੱਖ ਪਾਉਂਦੇ ਨੇ ਇੱਥੋਂ ਮਿਕਸ ਕਰ ਕਰਕੇ ਕੱਖਾਂ 'ਚ ਪਾਈ ਜਾਂਦੇ ਨੇ ਉੱਪਰ ਇਹ ਬੱਛੀਆਂ ਬੱਛੀਆਂ ਆ ਜਾਂਦੀਆਂ ਨੇ ਉਹ ਵੀ ਦਿਖਾਉਂਦੇ ਹਾਂ ਜੋ ਤੁਹਾਨੂੰ ਆ ਇੱਧਰ ਨੂੰ ਰਿਹਾਇਸ਼ ਰਹਿ ਜਾਂਦੀ ਹੈ ਫਾਰਮ ਦਾ ਦਫ਼ਤਰ ਦੁਫ਼ਤਰ ਇੱਧਰ ਕੱਖ ਪਏ ਨੇ ਆਪਣੇ ਜਿਵੇਂ ਬਰਸੀਮ ਬਰਸੂਮ ਵੱਢ ਕੇ ਚਾਰ ਪਾ ਲੈਂਦੇ ਆ ਮੱਕੀ ਚਾਰ ਚੂਰ ਪਾਉਣ ਨੂੰ ਇੱਥੇ ਸੁੱਟ ਦਿੰਦੇ ਸਾਰਾ ਕੁਛ ਆਹ ਪਾਣੀ ਦਾ ਦੇਖੋ ਸਿਸਟਮ ਜਿਹੜਾ ਪਾਣੀ ਗੰਦਾ ਮੰਦਾ ਆਉਂਦਾ ਇੱਥੇ ਜਮ੍ਹਾਂ ਹੋ ਕੇ ਇੱਥੋਂ ਹੀ ਜਾਣੀ ਉਹ ਸਾਫ਼ ਕਰਕੇ ਪਾਣੀ ਫਿਰ ਵਾਪਸ ਚਲੇ ਜਾਂਦਾ ਜਿਹੜਾ ਬਾਥਰੂਮ ਬੂਥਰੂਮਾਂ 'ਚ ਆਉਂਦਾ ਇਹੀ ਪਾਣੀ ਇਹ ਸਾਫ਼ ਕਰਕੇ ਭੇਜ ਦਿੰਦਾ ਵਾਪਸ ਇੰਨਾ ਪਾਣੀ ਬਚਾਉਂਦੇ ਨੇ ਇਹ ਦੇਖੋ ਬਾਹਰਲੇ ਗੋਰੇ ਵਾਪਸੀ ਚਲੇ ਜਾਂਦਾ ਸਾਫ਼ ਹੋ ਕੇ ਫਿਲਟਰਾਂ ਰਾਹੀਂ ਗੰਦਾ ਪਾਣੀ ਇੱਥੋਂ ਹੀ ਥੱਲੇ ਮਸ਼ੀਨਾਂ ਮਸ਼ੂਨਾਂ ਲਾਈਆਂ ਹੋਈਆਂ ਨੇ ਇਹਨਾਂ ਦੀਆਂ ਉੱਪਰ ਇੱਕ ਵੱਡੀਆਂ ਗਾਵਾਂ ਆ ਜਾਂਦੀਆਂ ਨੇ ਧਾਰਾਂ ਵਾਲੀਆਂ ਅਤੇ ਇੱਧਰ ਛੋਟੀਆਂ ਰਹਿ ਜਾਂਦੀਆਂ ਨੇ ਜਾਂ ਸੂਣ ਵਾਲੀਆਂ ਆਹ ਟਰੈਕਟਰ ਟਰੂਕਟਰ ਖੜ੍ਹੇ ਨੇ ਫਾਰਮ ਦੇ ਜਿਹੜੇ ਕੱਖ ਪਾਉਣ ਵਾਲੇ ਜਾਂ ਮੱਕੀ ਮੁੱਕੀ ਵੱਢ ਕੇ ਲਿਆਉਂਦੇ ਜਿਹੜੇ ਸਾਰੇ ਇੱਧਰ ਰਹਿ ਜਾਂਦੇ ਆ ਪਰਾਲੀ ਉਹ ਭਰੇ ਪਰਾਲੀ ਵਧੀਆ ਪਰਾਲੀ ਦੀਆਂ ਕੱਠਾਂ ਥੱਲੇ ਵਛਾਉਂਦੇ ਨੇ ਗਾਵਾਂ ਦੇ ਇੱਕ ਸ਼ੈੱਡ ਤਾਂ ਵਿਹਲਾ ਹੋਇਆ ਪਿਆ ਚਾਰ ਵਾਲਾ ਮੱਕੀ ਦੇ ਚਾਰ ਵਾਲਾ ਹਾਂ ਦੇਖੋ ਉਹ ਪਈਆਂ ਮੱਕੀ ਕੱਖ ਇੱਥੋਂ ਹੀ ਪਾਈ ਜਾਂਦੇ ਨੇ ਇਹ ਚੱਕ ਚੁੱਕ ਕੇ ਇਹੋ ਜਿਹੇ ਚਾਰ ਬਣੇ ਹੋਏ ਨੇ ਚਾਰ ਭਰੇ ਹੁੰਦੇ ਆ ਪੂਰੇ ਇੱਥੋਂ ਕੱਖ ਪਾਈ ਜਾਂਦੇ ਆ ਟਰੈਕਟਰਾਂ ਰਾਹੀਆਂ ਮਸ਼ੀਨਾਂ ਜਿਹੜੀ ਕੱਢ ਕੱਢ ਕੇ ਪਾਉਂਦੀ ਆ ਟਰੈਕਟਰ ਨੇ ਇੱਥੇ ਤਾਂ ਦੇਖੋ ਜੋਂਡੀਅਰ ਕੱਢੇ ਕੱਢੇ ਟਰੈਕਟਰ ਨੇ ਤਵੀਆਂ ਤੁਵੀਆਂ ਬੜਾ ਕੁਛ ਪਿਆ ਇੱਥੇ ਰਿਓ ਰੂ ਕੱਢਦੇ ਆ ਸਾਰਾ ਕੁਛ ਇੱਥੋਂ ਹੀ ਕੰਮ ਚੱਲਦਾ ਇਹਨਾਂ ਦਾ ਦੇਖੋ ਬੱਚੀਆਂ ਆ ਗਈਆਂ ਬੱਚੀਆਂ ਦੇ ਘਰ ਛੋਟੀਆਂ ਛੋਟੀਆਂ ਨੇ ਜਿਹੜੀਆਂ ਜੰਮਦੀਆਂ ਇੱਧਰ ਅੱਡ ਕਰ ਦਿੰਦੇ ਆ ਇੱਧਰ ਗਾਵਾਂ ਸੂੰਦੀਆਂ ਨੇ ਇੱਧਰ ਸ਼ੈੱਡ 'ਚ ਪਰੇ ਆਹ ਖੜੀਆਂ ਨੇ ਸੂਣ ਵਾਲੀਆਂ ਗਾਵਾਂ ਜਾਂ ਬੱਛੀਆਂ ਸੂਣ ਵਾਲੀਆਂ ਨੇ ਜਿਹੜੀਆਂ ਨਵੇਂ ਸੂਏ ਆਹ ਦੇਖੋ ਰੰਭਦੀਆਂ ਨੇ ਛੋਟੇ ਪਸ਼ੂ ਨੇ ਇਹ ਬੱਛੀਆਂ ਨੂੰ ਇੱਥੇ ਪਾਲ ਲੈਂਦੇ ਇਹ ਬੱਚੇ ਵੇਚ ਦਿੰਦੇ ਆ ਗਾਵਾਂ ਆਹ ਦੇਖੋ ਬੱਛੀਆਂ ਬੱਟੀਆਂ ਛੋਟੀਆਂ ਮੋਟੀਆਂ ਹਾਂ ਇਹਨਾਂ ਨੂੰ ਇੱਥੇ ਹੀ ਦੁੱਧ ਮਸ਼ੀਨ ਨਾਲ ਬਣਾਉਣਾ ਪੈਂਦਾ ਇਹ ਵੀ ਡਿਊਟੀ ਹੁੰਦੀ ਹੈ ਇੱਕ ਬੰਦੇ ਦੀ ਨੰਬਰ ਲਾਏ ਹੋਏ ਆ ਇਹਨਾਂ ਦੇ ਦੇਖੋ ਆ ਸੁੱਕਾ ਦੁੱਧ ਪਿਆ ਇੱਥੋਂ ਰਲਾ ਕੇ ਪਿਲਾਉਂਦੇ ਆ ਛੋਟੇ ਬੱਚਿਆਂ ਨੂੰ ਜੇ ਦੁੱਧ ਘੱਟ ਜਾਂਦਾ ਸੂਣ ਵਾਲੀਆਂ ਗਾਵਾਂ ਪਰ ਇੱਥੋਂ ਰਲਾ ਕੇ ਹਾਂ ਮਸ਼ੀਨ ਖੜੀ ਆ ਇਹਦੇ ਰਾਹੀਂ
ਇਹਦੇ ਵਿੱਚ ਰਲਾ ਕੇ ਪਿਲਾਉਂਦੇ ਆ ਉਹਨਾਂ ਨੂੰ। ਇੱਥੋਂ ਪਟੰਜਾ ਦੱਬ ਕੇ ਪਾਈ ਜਾਂਦੇ ਆ ਅਤੇ ਗਾਂ ਦੀ ਗਾਂ ਦੁੱਧ। ਆਹ ਕੰਡਾ ਪਿਆ ਉਸ ਪਿਆ ਸੁੱਕਾ ਦੁੱਧ ਉੱਥੋਂ ਜੋਕ ਜੋਕ ਕੇ ਦੱਸਿਆ ਹੁੰਦਾ ਇਹਨਾਂ ਦਾ ਵੀ ਇੰਨਾ ਪਾਣੀ ਪਾਉਣਾ ਇੰਨਾ ਦੁੱਧ ਪਾਉਣਾ। ਇੱਥੋਂ ਫਿਰ ਰਲਾ ਕੇ ਪਾ ਦਿੰਦੇ ਆ। ਆਹ ਬਾਈ ਜੀ ਸੂਣ ਵਾਲੀਆਂ ਗਾਵਾਂ ਇੱਧਰ। ਇਹ ਸੂਣ 'ਤੇ ਅੱਡ ਡਿਊਟੀ ਹੁੰਦੀ ਆ ਬੰਦੇ ਦੀ, ਜਿਵੇਂ ਸੂਈ ਜਾਂਦੀਆਂ ਨੇ ਉਵੇਂ ਬੱਚੀਆਂ ਅਤੇ ਅੱਡ ਕਰ ਦਿੰਦੇ ਉੱਧਰ ਪਾੜ ਦਿੰਦੇ ਘਰਾਂ ਜਿਹਾਂ 'ਚ ਜਦੀ। ਇੱਥੇ ਹੀ ਧਾਰਾਂ 'ਚ ਹੁੰਦੀਆਂ ਨੇ ਇਹਨਾਂ ਦੀਆਂ, ਫਿਰ ਉਹੀ ਬੱਚਿਆਂ ਨੂੰ ਪਿਲਾ ਦਿੰਦੇ ਆ। ਜਾਣੀ ਆਪਣੇ ਵਾਂਗੂ ਝੁੰਘਾਉਂਦੇ ਨਹੀਂ, ਮਸ਼ੀਨ ਨਾਲ ਹੀ ਦੁੱਧ ਪਿਲਾਉਂਦੇ ਆ ਬਾਲਟੀਆਂ ਰਾਹੀਆਂ। ਵੀ ਖੜੀਆਂ ਨੇ ਇੱਧਰ ਬੱਚੀਆਂ ਇਹ ਜਾਣੀ ਉੱਧਰੋਂ ਅੱਡ ਆ ਜਾਂਦਾ ਧਾਰਾਂ ਵਾਲੇ ਨਾਲ। ਅਤੇ ਉਹ ਪਰੇ ਆਪਣਾ ਧਾਰਾਂ ਵਾਲਾ ਰਹਿ ਜਾਂਦਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਸ਼ਾਮ ਨੂੰ ਜਦੋਂ ਧਾਰਾਂ 'ਚ ਆਵਾਂਗੇ, ਉਹ ਨਾਲ ਵੀਡੀਓ ਜੋੜ ਦਾਂਗੇ ਆਪਾਂ। ਚਲੋ ਠੀਕ ਆ ਜੀ, ਬਾਕੀ ਗਾਂ ਦਿਖਾਉਂਦੇ ਹਾਂ ਜਿਹੜੇ ਉੱਧਰ ਧਾਰਾਂ ਵਾਲਾ ਕੰਮ ਹੁੰਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਇਓ ਤੁਹਾਨੂੰ ਅੱਜ ਕੰਮ ਦਿਖਾਉਂਦੇ ਹਾਂ ਆਪਾਂ ਆਪਣੇ ਫਾਰਮ ਵਾਲਾ ਜਿੱਥੇ ਅਸੀਂ ਕੰਮ ਕਰਦੇ ਹਾਂ। ਠੰਡ ਬਹੁਤ ਆ ਜੀ, ਬਰਫ਼ ਪਈ ਆ ਬਾਹਰ ਸਾਰੇ ਫਾਰਮਾਂ 'ਚ, ਉਵੇਂ ਹੱਕ ਕੇ ਲਿਆਉਣੀਆਂ ਪੈਂਦੀਆਂ ਨੇ ਗਾਵਾਂ। ਆਹ ਦੇਖੋ, ਆਹ ਦੇ ਪਹਿਲਾਂ ਤੁਹਾਨੂੰ ਹਾਜ਼ਰੀਆਂ ਦਿਖਾਉਂਦੇ ਹਾਂ ਜਿੱਥੇ ਆਪਣੀਆਂ ਹਾਜ਼ਰੀਆਂ। ਆਹ ਦੇਖੋ ਆਪਣੀਆਂ ਹਾਜ਼ਰੀਆਂ ਲੱਗਦੀਆਂ, ਛੁੱਟੀਆਂ ਤਿੰਨ ਤਿੰਨ ਨੇ ਆਪਣੇ ਪੰਜਾਬੀ ਮੁੰਡਿਆਂ ਦੀਆਂ। ਗੋਰਿਆਂ ਨੂੰ ਤਾਂ ਬਹੁਤ ਛੁੱਟੀਆਂ ਮਿਲਦੀਆਂ ਨੇ, ਇਹਨਾਂ ਨੂੰ 10 ਛੁੱਟੀਆਂ ਲਗਭਗ ਹੁੰਦੀਆਂ ਨੇ, ਅਤੇ ਸਰਕਾਰ ਵੱਲੋਂ ਦੇਣੀਆਂ ਹੀ ਪੈਂਦੀਆਂ ਨੇ ਇਹਨਾਂ ਨੂੰ ਗੋਰਿਆਂ ਨੂੰ। ਤਾਂ ਹੀ ਆਪਣਾ ਪੰਜਾਬੀਆਂ ਨੂੰ ਸੱਦ ਕੇ ਰਾਜੀ ਨੇ ਮਾਲਕ ਇੱਥੇ, ਗੋਰੇ ਆਪਾਂ ਨੂੰ ਛੁੱਟੀਆਂ ਮਰਜ਼ੀ ਨਾਲ ਦਿੰਦੇ ਨੇ, ਦੋ ਜਾਂ ਤਿੰਨ ਉਹਦੇ ਘਰ ਤੱਕ ਹੀ ਦਿੰਦੇ ਨੇ। ਹੋਰ ਦੇਖੋ ਇੱਧਰ ਆਪਣਾ ਕੰਮ ਆ, ਆਪਾਂ ਹੀ ਕੰਮ ਸਟਾਰਟ ਕਰਨਾ ਲਿਆ ਕੇ, ਆਪਾਂ ਹੱਕ ਕੇ ਲਿਆਵਾਂਗੇ, ਉਦੋਂ ਬਾਅਦ ਸਾਰੇ ਆਉਣਗੇ ਗੋਰੇ, ਫਿਰ ਸ਼ੁਰੂ ਹੋਊ ਕੰਮ। ਦੇਖੋ ਇੱਥੇ ਗਾਵਾਂ ਆਉਣਗੀਆਂ, ਲਾਈਟਾਂ ਲਾ ਦਈਏ ਆਪਾਂ। ਹਾਂ ਇੱਧਰ ਦੁੱਧ ਜਾਂਦਾ ਵਾ, ਇੱਧਰ ਜਮ੍ਹਾਂ ਹੋਈ ਜਾਂਦਾ ਵਾ। ਦੇਖੋ ਅੰਦਰ ਟੈਂਕਰ ਨੇ, 10-10 ਹਜ਼ਾਰ ਕੁਇੰਟਲ ਹੋ ਜਾਂਦਾ ਦੁੱਧ ਇੱਕ ਦਿਨ ਦਾ। ਦੋ ਸਾਈਡ 'ਚ ਹੁੰਦੀਆਂ ਨੇ ਗਾਵਾਂ, 12 ਗਾਵਾਂ, 24 ਗਾਵਾਂ ਨੇ ਦੋਈ ਪਾਸੇ, 700-800 ਹੁੰਦੀ ਆ ਗਾਂ ਲਗਭਗ ਸਾਰੀ। ਕੰਮ ਸਟਾਰਟ ਵੇਲੇ ਹੀ ਤਾਂ ਜਦੋਂ ਦਿਖਾਉਣ ਲੱਗਿਆ ਤੁਹਾਨੂੰ ਵੀ ਸਟਾਰਟ ਕਿਵੇਂ ਕਰਦੇ ਹਾਂ। ਦੇਖੋ ਦਰਵਾਜ਼ੇ ਵੀ ਚੰਮ ਜਾਂਦੇ ਆ ਬਰਫ਼ ਨਾਲ। ਹਾਂਜੀ ਆਹ ਦੇਖੋ ਬਾਈ ਜੀ, ਆਹ ਗਰੁੱਪ ਲੈ ਕੇ ਆਉਣੇ ਪੈਂਦੇ ਆ ਹੱਕ ਕੇ। ਆਹ ਦੇਖੋ ਇਹਨਾਂ ਨੂੰ ਬਰਸੀਮ ਜਿਹੜਾ ਪਾਇਆ ਹੋਇਆ, ਇਹਤੇ ਵੀ ਬਰਫ਼ ਜੰਮੀ ਪਈ ਆ, ਇਹ ਵੀ ਐਂ ਆਕੜ ਜਾਂਦਾ ਹੋਣਾ। 2-3 ਮਹੀਨੇ ਵਾਲਾ ਔਖਾ ਹੁੰਦਾ, ਬਰਫ਼ ਦੇਖੋ ਕਿਵੇਂ ਪਈ ਪਈ ਆ। ਆਹ ਗਾਵਾਂ ਦਾ ਸ਼ੈੱਡ ਆ, ਆਹ ਨਾਲ ਇੱਧਰ ਬਰਫ਼ ਜੰਮੀ ਪਈ ਆ, ਇਹ ਆਲੇ ਦੁਆਲੇ ਖੁੱਲ੍ਹਾ ਹੀ ਹੁੰਦਾ ਦੇਖ ਲਓ, ਜਮ੍ਹਾਂ ਠੰਡ ਨਹੀਂ ਮਾਰ ਦਿੰਦੀਆਂ ਇਹ ਗਾਵਾਂ। ਇਹੋ ਜਿਹੇ ਹੀ 4-5 ਸ਼ੈੱਡ ਹੁੰਦੇ ਆ, 5 ਫਾਰਮ 'ਚ ਸ਼ੈੱਡ ਨੇ ਇਹੋ ਜਿਹੇ, ਜਿਨ੍ਹਾਂ 'ਚੋਂ ਗਾਵਾਂ ਲੈ ਕੇ ਜਾਣੀਆਂ ਪੈਂਦੀਆਂ ਨੇ। ਜਾਣੀ ਠੰਡ ਪੂਰੀ ਆ, ਆਹ ਪੇਟ ਖੋਲ੍ਹ ਦੇਣੇ ਹੁੰਦੇ ਆ, ਇਹਨਾਂ ਨੇ ਆਪ ਹੀ ਜਾਈ ਜਾਣਾ ਹੁੰਦਾ, ਗਾਵਾਂ ਨੇ ਉੱਥੇ ਪਹੁੰਚ ਜਾਂਦੀਆਂ ਨੇ ਧਾਰਾਂ ਕੋਲ। ਥੱਕਣ ਵਾਲੇ ਦਾ ਬਸ ਇਹੀ ਕੰਮ ਹੁੰਦਾ, ਬਾਹਰ ਠੰਡ ਤਾਂ ਬਹੁਤ ਆਉਂਦੀ ਆ, ਆਹ 2-3 ਮਹੀਨੇ ਤਾਂ ਬਸ ਕਰਾ ਆਉਂਦੀ ਆ ਠੰਡ। 700-800 ਗਾਂ ਆ ਜੀ ਟੋਟਲ ਚੋਣ ਵਾਲੀ, ਇਹ ਜਾਣੀ ਬਸ ਉਹਨਾਂ ਨੇ ਚੋਈ ਜਾਣਾ, ਆਪਾਂ ਇੱਧਰੋਂ ਲਿਜਾਈ ਜਾਣੀਆਂ ਨੇ ਗਾਵਾਂ ਇੱਕ ਇੱਕ ਗਰੁੱਪ ਕਰਕੇ। ਇੱਕ ਗਰੁੱਪ 'ਚ ਹੁੰਦੀ ਆ 150-200 ਗਾਂ ਹੁੰਦੀ ਆ। ਦੇਖੋ ਇਹਨਾਂ ਨੂੰ ਚਾਰਾ ਪਾਉਂਦੇ ਨੇ, ਦੇਖੋ ਮੱਕੀ ਜ਼ਿਆਦਾ ਹੁੰਦੀ ਆ ਵਿੱਚ, ਮੱਕੀ ਉਹ ਵੱਧ ਪਾਉਂਦੇ ਨੇ, ਮੱਕੀ
ਬਾਕੀ ਨਾਲ ਹੀ ਦੁੱਧ ਦਿੰਦੀਆਂ ਨੇ। ਹੋਰ ਪਾਊਡਰ ਵੀ ਪਾਉਂਦੇ ਆ ਵਿੱਚ ਰਲਾ ਰੁਲੂ ਕੇ ਆ ਇਹਨਾਂ ਦੇ ਪਾਣੀ ਦਾ। ਅੰਦਰ ਪਰਾਲੀ 'ਤੇ ਬੈਠੀਆਂ ਰਹਿੰਦੀਆਂ ਨੇ ਆਰਾਮ ਨਾਲ, ਆਲੇ ਦੁਆਲੇ ਇਹਨਾਂ ਨੂੰ ਖੁੱਲ੍ਹਾ ਹੀ ਹੁੰਦਾ, ਹਵਾ ਪੈਂਦੀ ਰਹਿੰਦੀ ਆ, ਠੰਡ ਨਹੀਂ ਆਉਣੀ ਮੰਨਦੀਆਂ ਜਾਂ ਨਹੀਂ। ਦੁੱਧ ਵੀ ਠੰਡ 'ਚ ਹੀ ਵੱਧ ਦਿੰਦੀਆਂ ਨੇ ਇਹ, ਤੀਹ ਤੀਹ ਪੈਂਤੀ ਪੈਂਤੀ ਲੀਟਰ ਇੱਕ ਇੱਕ ਗਾਂ ਦਈ ਜਾਂਦੀ ਆ ਲਗਭਗ। ਪਾਣੀ ਆ ਇਹਨਾਂ ਦਾ ਦੇਖੋ, ਇਹ ਪਾਣੀ ਵੀ ਜੰਮ ਜਾਂਦਾ ਜੇ ਜਾਣੀ ਨਾ ਬਦਲਣਾ ਇਹ। ਰਾਤ ਨੂੰ ਦੋ ਬੰਦੇ ਅੱਡ ਹੁੰਦੇ ਆ ਪਾਣੀ 'ਤੇ ਹੀ ਰੱਖੇ ਹੁੰਦੇ ਆ ਇਹਨਾਂ ਨੇ, ਜਿਹੜੇ ਜਾਣੀ ਪਾਣੀ ਬਦਲਦੇ ਰਹਿੰਦੇ ਆ। ਚਲੇ ਇਹਨਾਂ ਨੇ ਆਪੀ ਜਾਈ ਜਾਣਾ ਉੱਧਰ, ਇਹਨਾਂ ਨੂੰ ਪਤਾ ਵੀ ਹੁਣ ਟਾਈਮ ਹੋ ਗਿਆ ਸਾਡਾ। ਉੱਧਰ ਧਾਰਨ ਦਾ ਬਸ ਕੰਮ ਸ਼ੁਰੂ ਹੋਣ ਵਾਲਾ, ਸ਼ਾਮ ਦਾ ਟਾਈਮ ਆਉਣਾ ਹਨੇਰਾ ਪੂਰਾ ਦੇਖੋ। ਬਾਕੀ ਉੱਧਰੋਂ ਵੀ ਦਿਖਾਉਂਦੇ ਤੁਹਾਨੂੰ, ਧਾਰਨ ਕੱਢਦੇ ਉੱਧਰ ਦਿਖਾਉਂਦੇ ਹੁਣ ਤੁਹਾਨੂੰ ਜਾ ਕੇ ਡਰਾਈਵ ਕਰਦੇ ਹਾਂ। ਹਾਂਜੀ ਆਹ ਦੇਖੋ ਧਾਰਾਂ ਦਾ ਕੰਮ ਸਟਾਰਟ ਹੋ ਗਿਆ, ਚੋਣ ਲੱਗ ਗਏ। ਹਾਂ ਗੋਰੀ ਲੱਗੀ ਹੋਈ ਉੱਧਰ, ਗੋਰੀ ਇਹ ਵੀ ਵਿਚਾਰੀ ਥੱਕ ਹਾਰ ਕੇ ਕੰਮ ਕਰਦੀ ਹੈ, ਧਾਰਾਂ ਕੱਢਦੀ ਆ ਨਾ। ਉਹ ਗੋਰਾ ਵਾ ਲੱਗਿਆ ਹੋਇਆ, ਬਾਰਾਂ ਬਾਰਾਂ ਮਸ਼ੀਨਾਂ ਹੁੰਦੀਆਂ ਨੇ, ਛੇ ਇਹਨੇ ਲਾਉਣੀਆਂ ਨੇ, ਛੇ ਇਹਨੇ ਲਾਉਣੀਆਂ, ਛੇ ਛੇ ਮਸ਼ੀਨਾਂ ਲਾਉਣੀਆਂ ਨੇ ਇਹਨਾਂ ਨੇ। ਆਪਾਂ ਇੱਥੇ ਬੈਠੇ ਰਹਿਣਾ ਹੀਟਾਂ 'ਤੇ, ਛੇ ਉੱਧਰ ਚੱਲਦੀਆਂ ਨੇ। ਆਹ ਦੇਖੋ ਹੀਟਾਂ, ਛੇ ਛੇ ਮਸ਼ੀਨਾਂ ਚੱਲਦੀਆਂ ਨੇ, ਜੋ ਵੀ ਜਾਣਾ ਧਾਰਾਂ ਆਹ ਹੀਟਾਂ ਚੱਲਦੀਆਂ ਨੇ, ਆਪਾਂ ਹੀਟਾਂ 'ਤੇ ਬੈਠੇ ਰਹਿਣਾ। ਇਹਨਾਂ ਨੇ ਕੱਢੀ ਜਾਣੀਆਂ ਨੇ ਗਾਵਾਂ, ਆਪਾਂ ਅੰਦਰ ਫੜੀ ਜਾਣੀਆਂ ਨੇ। ਆਹ ਇੱਧਰ ਚੌਵੀ ਮਸ਼ੀਨਾਂ ਉੱਧਰ ਨੇ, ਚੌਵੀ ਇੱਧਰ, ਚੁਣਤਾਲੀ ਜੂਰਾ ਜੂਰਾ। ਨਵਾਂ ਮੁੰਡਾ ਲੱਗਿਆ ਹੋਇਆ ਕਰਨ ਕੰਮ, ਇੱਕ ਆਪਣਾ ਪੰਜਾਬੀ ਮੁੰਡਾ ਮੂਹਰੇ ਚੁਣੀ ਜਾਂਦੇ ਆ ਮਸ਼ੀਨਾਂ। ਪਹਿਲਾਂ ਝੱਗ ਜਿਹੀ ਲਾਉਂਦੇ ਆ, ਫਿਰ ਆ ਪਾਪੀ ਨੂੰ ਸਾਫ਼ ਕਰਦੇ ਆ, ਉਸ ਤੋਂ ਬਾਅਦ ਮਸ਼ੀਨ ਲਾ ਆਉਂਦੇ ਆ, ਮਸ਼ੀਨ ਆਪੇ ਲੈ ਜਾਂਦੀ ਆ। ਅੰਦਰ ਠੰਡ ਹਜੇ ਠੀਕ ਆ ਜੀ, ਬਾਹਰ ਵੱਧ ਹੁੰਦੀ ਆ ਠੰਡ। ਦੇਖੋ ਬੜੀਆਂ ਨੇ ਗਾਵਾਂ ਪੂਰੀਆਂ, ਚੌਵੀ ਚੌਵੀ ਗਾਵਾਂ ਨੇ, ਬਾਰਾਂ ਇੱਧਰ ਬਾਰਾਂ ਉੱਧਰ, ਬਾਰਾਂ ਹੀ ਇੱਧਰ ਅਤੇ ਬਾਰਾਂ ਹੀ ਉੱਧਰ। ਬਸ ਹੋਰ ਕੋਈ ਕੰਮ ਨਹੀਂ, ਆਹ ਧਾਰਾਂ ਚੁੱਕ ਕੇ ਉਸ ਤੋਂ ਬਾਅਦ ਵਿਹਲੇ। ਚਲੋ ਠੀਕ ਆ ਜੀ, ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਪਣਾ ਚੈਨਲ ਕਰ ਦਿਓ ਸਬਸਕ੍ਰਾਈਬ, ਸ਼ੇਅਰ ਕਰ ਦਿਆ ਕਰੋ ਵੀਡੀਓ। ਓਕੇ ਜੀ, ਧੰਨਵਾਦ ਸਾਰਿਆਂ ਦਾ।